समाज पार्टी दे साझे उम्मीदवार ने मेरा ख्याल मेरे तो बाद ਤੁਸੀਂ ਬਾਦਲ ਸਾਹਿਬ ਨੂੰ ਜਾਣਦੇ ਹੋ ਮੈਂ ਬਥੇਰਾ ਬਾਦਲ ਸਾਹਿਬ ਨੂੰ ਕਹਿਣ ਦੀ ਕੋਸ਼ਿਸ਼ ਕਰਦੀ ਹਾਂ ਕਿ ਡੈਡੀ ਤੁਹਾਨੂੰ ਕੋਈ ਨਵੀਂ ਦੇ ਕਿਸੇ ਪਿੰਡ 'ਚ ਜਾਣ ਦੀ ਲੋੜ ਨਹੀਂ ਕੋਈ ਇਹੋ ਜਿਹਾ ਪਰਿਵਾਰ ਨਹੀਂ ਜਿਹਨੇ ਤੁਹਾਡਾ ਕੰਮ ਨਹੀਂ ਦੇਖਿਆ ਤੇ ਜਿਹੜੇ ਤੁਹਾਨੂੰ ਜਾਣਦੇ ਨਹੀਂ ਹੈਗੇ ਲੇਕਿਨ ਤੁਸੀਂ ਦੇਖੋ ਇਹੋ ਜਿਹਾ ਬਾਦਲ ਸਾਹਿਬ ਦਾ ਤੁਹਾਡੇ ਸਾਰਿਆਂ ਦੇ ਨਾਲ ਪਿਆਰ ਕੀ ਪਾਵੇਂ ਉਮਰ ਇੰਨੀ ਹੋਣ ਦੇ ਬਾਵਜੂਦ ਮੌਸਮ ਜਿਹੋ ਜਿਹਾ ਹੁੰਦਾ ਜਿੱਥੇ ਆਪਾਂ ਬਜ਼ੁਰਗਾਂ ਨੂੰ ਬਾਹਰ ਨਹੀਂ ਕੱਢਦੇ ਉਹ ਫੇਰ ਵੀ ਰੋਜ਼ 10 ਵਜੇ ਤਿਆਰ ਹੋ ਕੇ ਬਾਹਰ ਨਿਕਲ ਜਾਂਦੇ ਪਿੰਡਾਂ 'ਚ ਲੋਕਾਂ ਦੇ ਦਰਸ਼ਨ ਕਰਨ ਵਾਸਤੇ ਇਸ ਤਰ੍ਹਾਂ ਦਾ ਲਗਾਵ ਇਸ ਇਲਾਕੇ ਦੇ ਲੋਕਾਂ ਦੇ ਨਾਲ ਹੈ ਤੇ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਸ ਪਿੰਡ ਨੇ ਵੀ ਹਮੇਸ਼ਾ ਸਾਡੇ ਪਰਿਵਾਰ ਦਾ ਸਾਥ ਦਿੱਤਾ ਸਾਡੀ ਪਾਰਟੀ ਦਾ ਸਾਥ ਦਿੱਤਾ ਹਮੇਸ਼ਾ ਮਾਨ ਰੱਖਿਆ ਤੇ ਪਰਮਾਤਮਾ ਦੇ ਚਰਨਾਂ 'ਚ ਹਈ ਅਰਦਾਸ ਕਿ ਹਮੇਸ਼ਾ ਇਹ ਪਿਆਰ ਬਰਕਰਾਰ ਰਹੇ ਅੱਜ ਮੈਂ ਸ਼ੁਕਰਾਨਾ ਤੁਹਾਡਾ ਇਸ ਗੱਲ ਦਾ ਵੀ ਕਰਦੀ ਹਾਂ ਕਿ ਭਾਵੇਂ ਅੱਜ ਬਾਦਲ ਸਾਹਿਬ ਨਹੀਂ ਆ ਸਕੇ ਲੇਕਿਨ ਤੁਸੀਂ ਫੇਰ ਵੀ ਠੰਡ ਦੇ ਬਾਵਜੂਦ ਇੰਨੀ ਵੱਡੀ ਗਿਣਤੀ 'ਚ ਆਪਣਾ ਕੀਮਤੀ ਸਮਾਂ ਕੱਢ ਕੇ ਸਾਰੇ ਇੱਥੇ ਪਹੁੰਚੇ ਹੋ ਮੇਰੇ ਵੱਲੋਂ ਵੀ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅੱਜ ਮੈਂ ਆ ਸਾਡੇ ਛੋਟੇ ਵੀਰ ਗੁਰਪ੍ਰੀਤ ਦਾ ਸ਼ੁਕਰਾਨਾ ਕਰਦੀ ਹਾਂ ਜਿਨ੍ਹਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਬਾਦਲ ਸਾਹਿਬ ਦੇ ਕੀਤੇ ਹੋਏ ਕੰਮਾਂ ਦੀ ਚਰਚਾ ਕੀਤੀ ਤੇ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਕੱਲੇ ਤੁਹਾਡੇ ਪਿੰਡ 'ਚ ਨਹੀਂ ਮੈਂ ਤਾਂ ਦਾਅਵੇ ਨਾਲ ਕਹਿ ਸਕਦੀ ਹਾਂ ਤੁਹਾਡੇ ਹਲਕੇ 'ਚ ਨਹੀਂ ਮੇਰੇ ਪੂਰੇ ਪਾਰਲੀਮੈਂਟਰੀ ਹਲਕੇ 'ਚ ਨਹੀਂ ਲੇਕਿਨ ਪੰਜਾਬ ਦੇ ਕਿਸੇ ਕੋਨੇ 'ਚ ਜੇ ਕਿਸੇ ਵਰਗ ਨੂੰ ਕੋਈ ਸਹੂਲਤ ਮਿਲੀ ਹੈ ਜਾਂ ਕੋਈ ਵਿਕਾਸ ਦਾ ਚੰਗਾ ਕੰਮ ਹੋਇਆ ਉਹ ਤੁਸੀਂ ਆਪ ਨਜ਼ਰ ਮਾਰ ਕੇ ਦੇਖ ਲਓ ਕੋਈ ਦੂਜੀ ਪਾਰਟੀ ਨਹੀਂ ਉਹ ਦੇਣ ਹਮੇਸ਼ਾ ਸਰਕਾਰ ਬਦਲਦੀ ਰਹੀ ਹੈ ਕਿਉਂਕਿ ਜੇ ਇਸ ਉਮਰ 'ਚ ਸਰਕਾਰ ਨਾ ਹੋਣ ਦੇ ਬਾਵਜੂਦ ਮੌਸਮ ਜੇ ਤਾਂ ਵੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਤਾਂ ਤੁਸੀਂ ਆਪ ਜਾਣਦੇ ਹੋ ਕਿ ਜਦ ਉਮਰ ਸੀ ਤੇ ਤਾਕਤ ਸੀਗੀ ਫੇਰ ਕਿਵੇਂ ਲੋਕਾਂ ਦੇ ਵਿੱਚ ਵਿਚਰਦੇ ਸੀ ਤੇ ਨੇੜੇ ਹੋ ਕੇ ਗਰੀਬ ਦੀ ਕਿਸਾਨ ਦੀ ਬੀਬੀਆਂ ਦੀ ਹਰੇਕ ਦੀ ਉਹਨਾਂ ਨੇ ਤਕਲੀਫ ਨੂੰ ਮਹਿਸੂਸ ਕੀਤਾ ਤੇ ਨਤੀਜਾ ਹੋਇਆ ਜਦ ਤੁਸੀਂ ਆਸ਼ੀਰਵਾਦ ਦਿੱਤਾ ਤੇ ਜਿੰਨੀ ਵੀ ਸਹੂਲਤਾਂ ਮਿਲੀਆਂ ਤੇ ਜਿਹੜੇ ਵੀ ਵਿਕਾਸ ਦੇ ਕੰਮ ਹੋਏ ਉਹ ਬਾਦਲ ਸਾਹਿਬ ਦੀ ਦੇਣ ਹੈ ਅੱਜ ਮੈਨੂੰ ਕਿਤੇ ਨਾ ਕਿਤੇ ਦੁੱਖ ਜ਼ਰੂਰ ਲੱਗ ਰਿਹਾ ਕਿਉਂਕਿ ਇੱਕ ਪ੍ਰਥਾ ਕਾਂਗਰਸ ਪਾਰਟੀ ਨੇ ਸ਼ੁਰੂ ਕੀਤੀ ਕੈਪਟਨ ਸਾਹਿਬ ਨੇ ਕਿ ਝੂਠ ਮਾਰ ਕੇ ਸਰਕਾਰ ਬਣਾ ਲਓ ਕੋਈ ਮੁੱਖ ਮੰਤਰੀ ਕਿਉਂਕਿ ਆਗੂ ਤਾਂ ਮੁੱਖ ਮੰਤਰੀ ਹੁੰਦਾ ਪਿੰਡ ਦਾ ਆਗੂ ਪਿੰਡ ਦਾ ਸਰਪੰਚ ਹੈਗਾ ਜੀ ਪਿੰਡ ਦਾ ਸਰਪੰਚ ਜੇ ਮਿਹਨਤੀ ਹੋਊਗਾ ਪਿੰਡ 'ਚ ਵਿਕਾਸ ਵੀ ਹੋਊਗਾ ਜੇ ਕੋਈ ਭਗਵੰਤ ਮਾਨ ਵਰਗਾ ਸ਼ਰਾਬੀ ਜਾ ਹੋਊਗਾ ਤੇ ਫਿਰ ਉਹ ਤਾਂ ਘਰ 'ਚ ਟਕਿਆ ਪਿਆ ਰਹੂਗਾ ਨਾ ਉਹਦੇ ਕੋਲ ਕੋਲ ਜਾਊਗਾ ਨਾ ਉਹ ਕੋਈ ਕਰੂਗਾ ਜਾਂ ਫਿਰ ਕੋਈ ਆ ਚੰਨੀ ਦੇ ਵਰਗੇ ਗੱਲਾਂ ਮਾਰਨ ਵਾਲਾ ਹੋਊਗਾ ਤੇ ਗੱਲਾਂ ਮਾਰੀ ਜਾਊਗਾ ਲੇਕਿਨ ਜ਼ਮੀਨ 'ਚ ਜੇ ਕੁਛ ਤੁਹਾਡਾ ਸੁਧਰੂਗਾ ਨਹੀਂ ਤੇ ਫਿਰ ਇਹੋ ਜਿਹੇ ਸਰਪੰਚ ਦਾ ਕੀ ਕਰਨਾ ਹੈ ਸੋ ਕੈਪਟਨ ਸਾਹਿਬ ਵਰਗੇ ਝੂਠਾ ਸਰਪੰਚ ਜਿਹੜੀ ਝੂਠੀ ਸਹੁੰ ਖਾ ਕੇ ਲੋਕਾਂ ਨੂੰ ਬਥੇਰੇ ਸੁਪਨੇ ਦਿਖਾ ਕੇ ਕਿ ਮੈਨੂੰ ਸਰਪੰਚ ਬਣਾ ਲਓ ਜਵਾਕਾਂ ਦੀ ਨੌਕਰੀ ਵੀ ਲੱਗ ਜੂਗੀ ਸਾਰਾ ਕਰਜ਼ਾ ਵੀ ਮਾਫ ਹੋ ਜੂਗਾ ਉਹ ਵੀ ਗੁੱਟਾ ਸਾਹਿਬ ਵੀ ਸਹੁੰ ਖਾ ਕੇ ਸੋ ਇਹਨਾਂ ਝੂਠਿਆਂ ਨੇ ਪੰਜਾਬ ਦੇ ਨਾਲ ਜਿਹੜਾ ਨੁਕਸਾਨ ਕੀਤਾ ਅੱਜ ਭਾਵੇਂ ਕੈਪਟਨ ਹੋਏ ਭਾਵੇਂ ਆਪਾਂ ਕਹਿ ਲਈਏ ਕਿ ਚੰਨੀ ਸਾਹਿਬ ਹੋਣ ਹੁਣ ਜਿਵੇਂ ਮੈਂ ਕਹਿ ਰਹੀ ਸੀ ਕਿ ਜੇ ਸਰਪੰਚ ਹੀ ਝੂਠਾ ਹੋਏ ਸਰਪੰਚ ਹੀ ਸ਼ਰਾਬੀ ਹੋਏ ਫਿਰ ਪਿੰਡ ਦੇ ਲੋਕਾਂ ਦਾ ਕੀ ਹੋਗਾ ਲੇਕਿਨ ਜੇ ਬਾਦਲ ਸਾਹਿਬ ਵਰਗਾ ਕੋਈ ਮਿਹਨਤੀ ਬੰਦਾ ਹੋਏ ਤਾਂ ਫਿਰ ਜਿਵੇਂ ਸਾਡੇ ਭਰਾ ਨੇ ਦੱਸਿਆ ਕਿ ਇੱਥਾਂ ਲਾਈਟਾਂ ਵੀ ਲੱਗੀਆਂ ਨੇ ਟਾਈਲਾਂ ਵੀ ਲੱਗੀਆਂ ਨੇ ਤੇ ਕੰਮਕਾਜ ਵੀ ਹੋਏ ਨੇ ਮਕਾਨ ਵੀ ਬਣੇ ਨੇ ਦੇਖੋ ਲੋਕਾਂ ਦੇ ਕੰਮ ਕਦੇ ਮੁੱਕਦੇ ਨਹੀਂ ਅੱਜ ਤੁਹਾਡਾ ਜਵਾਕ 10 ਸਾਲ ਦਾ ਹੈ 5 ਸਾਲ 10 ਸਾਲ ਬਾਅਦ ਉਹਨੇ 20 ਸਾਲ ਦਾ ਹੋ ਜਾਊ ਉਹਨੂੰ ਨੌਕਰੀ ਦੀ ਲੋੜ ਹੋਊਗੀ ਅੱਜ ਤੁਸੀਂ ਜਵਾਨ ਹੋ ਕੱਲ ਬਜ਼ੁਰਗ ਅਵਸਥਾ 'ਚ ਕੋਈ ਬਿਮਾਰੀ ਆ ਜਾਏ ਤਾਂ ਹੋਰ ਕਿਸੇ ਚੀਜ਼ ਦੀ ਲੋੜ ਹੈ ਪਿੰਡ 'ਚ ਹੋਰ ਮਕਾਨ ਪੈ ਗਏ ਨਵੀਂ ਗਲੀ ਦੀ ਸੋ ਕੰਮ ਸਰਕਾਰਾਂ ਦੇ ਮੁੱਕਦੇ ਨਹੀਂ ਸਰਕਾਰਾਂ ਉਹ ਹੁੰਦੀਆਂ ਨੇ ਜਿਹੜਾ ਮੌਕੇ 'ਚ ਤਕਲੀਫ ਨੂੰ ਦੇ ਕੇ ਪਹਿਲੇ ਤਾਂ ਲੋਕਾਂ ਦੇ ਕੋਲ ਜਾਏ ਨਾ ਕੈਪਟਨ ਕਦੇ ਕੋਲ ਗਿਆ ਤੇ ਭਗਵੰਤ ਮਾਨ ਨੇ ਕੀ ਆਉਣਾ ਹੈਗਾ ਉਹਨੇ ਸੰਗਰੂਰ ਤੇ ਇੱਥੇ ਕੀ ਆਉਣਾ ਹੈਗਾ ਤੇ ਕੇਜਰੀਵਾਲ ਤਾਂ ਉਹ ਵੀ ਛੱਡ ਦੋ ਦੂਰ ਦੀ ਗੱਲ ਸੋ ਅੱਜ ਮੈਨੂੰ ਦੁੱਖ ਇਸ ਗੱਲ ਦਾ ਕਿ ਕੈਪਟਨ ਨੇ ਪ੍ਰਥਾ ਚਲਾ ਦੀ ਕਿ ਲੋਕਾਂ ਨੂੰ ਨਾ ਗੁੰਮਰਾਹ ਕਰਕੇ ਝੂਠ ਮਾਰ ਕੇ ਸਰਕਾਰ ਬਣਾ ਲਓ ਝੂਠ ਮਾਰਦੇ ਹੋ ਇੱਕ ਵਾਰੀ ਬਣ ਜਾਓ ਤੇ ਬਾਅਦ ਫਿਰ ਭੁੱਲ ਜਾਓ ਲੋਕਾਂ ਨੂੰ ਹੁਣ ਅਫਸੋਸ ਕਿ ਕੈਪਟਨ ਦਾ ਦਾਅ ਦੇਖਦੇ ਹੋਏ ਉਹ ਸਾਰੇ ਸੋਚਣ ਲੱਗੇ ਕਿ ਵੀ ਇਹ ਪੰਜਾਬ ਦੇ ਲੋਕੀ ਤਾਂ ਬੜੇ ਭੋਲੇ ਭਾਲੇ ਇਹਨਾਂ ਨੂੰ ਜੋ ਮਰਜ਼ੀ ਬੋਲ ਦੋ ਇਹ ਨਵਾਂ ਠੰਗ ਜੇ ਕੇਜਰੀਵਾਲ ਆ ਗਿਆ ਅੱਜ ਲੋਕੀ ਚਰਚਾ ਕਰ ਰਹੇ ਜੀ ਬਦਲਾਵ ਪੰਜਾਬ 'ਚ ਨਾ ਅਕਸਰ ਵੇਰੇ ਬਾਕੀ ਹਲਕੇ ਜੀ ਬਦਲਾਵ ਇਹਨਾਂ ਨੂੰ ਵੀ ਦੇਖ ਲਿਆ ਇਹਨਾਂ ਨੂੰ ਵੀ ਦੇਖ ਲਿਆ ਹੁਣ ਇਹਨਾਂ ਨੂੰ ਦੇਖ ਲਓ ਇਹ ਬਦਲਾਵ ਕੀ ਹੁੰਦਾ ਕਿ ਜਿਹੜੇ ਕਿਸੇ ਪਾਰਟੀ ਤੋਂ ਨਿਕਾਰਾ ਹੋਇਆ ਬੰਦਾ ਹੈ ਉਹ ਦੂਜੀ ਪਾਰਟੀ 'ਚ ਚਲੇ ਗਿਆ ਤਾਂ ਹੁਣ ਉਸ ਬੰਦੇ ਨੂੰ ਦੂਜੀ ਪਾਰਟੀ 'ਚ ਵੋਟ ਪਾ ਲਓ ਕੋਈ ਬਦਲਾਵ ਹੁੰਦਾ ਬਦਲਾਵ ਤਾਂ ਉਹ ਹੁੰਦਾ ਹੈ ਕਿ ਜਿੱਥੇ ਬਿਜਲੀ ਨਹੀਂ ਸੀ ਉੱਥੇ ਬਿਜਲੀ ਆ ਗਈ ਜਿੱਥੇ ਗਰੀਬਾਂ ਦੇ ਕੋਲ ਪਲਾਟ ਨਹੀਂ ਸੀ ਉਹ ਪਲਾਟ ਬਣ ਗਿਆ ਬਦਲਾਵ ਉਹ ਹੁੰਦਾ ਕਿ ਜਿੱਥੇ ਕੱਚੀ ਗਲੀਆਂ ਹੁੰਦੀ ਸੀ ਉੱਥੇ ਟਾਈਲਾਂ ਲੱਗ ਗਿਆ
जे धिया स्कूल नहीं जा सकदी ना साइकिल लेके स्कूल ताई पहुंचाता बदलाव लेना नु कहंदे आदा नहीं की हुन एक कांग्रेसी सिगा हुन अपने आम आदमी पार्टी दा कैंडिडेट थे मैं तो अपने हलके च हैरान हो गया लंबी जे 5 साल कांग्रेस की पूरी ताकत सी पूरी सरकार सी जो मर्जी करवा सकदे सी लेकिन कुछ लंबी हलके दा पिंड तक वो सवारिया जब कांग्रेस की सरकार ने होंदे हुए कुछ नहीं सवारिया तो हम तुसी पार्टी बदल तो कपड़े चिगड़े बन जाओगे बहुत कम कर लोगे ते ए आम आदमी पार्टी ते कांग्रेस पार्टी एक दूजे दी बी टीम है गया इथों उथे चले गए उथों इथे चले गए बी बंदे जिताए सी लोगों ने 2017 च बी विचों 11 कांग्रेस विच आम आदमी दे भज के चले गए ते केजरीवाल दिल्ली बैठे गारंटी कदे पंजाब आके गारंटी दे देता है कदे उत्तराखंड कदे गोवा जिथे जाओ उथे गारंटी केजरीवाल दी गारंटी कौन लूगा मैं तो पूछ लिया कि तो आपने एमएलए नहीं रख सकया ते सरकार तो की चलावेगा कैसे कल देख के कहते हो आज पैसे लेके टिकटा लिया ने कल कोई और बात पैसे दे दूंगा अरे मगर चले 11 तो चले गए और गांगे भी कितने चले जाएंगे सो एना ठगा तो अपन नु सचेत रहने दी लोड़े केजरीवाल आके पंजाब जे होने थे थोड़े सरपंच आ जाए जी तौले दा ते इथे आके के मैं सरपंच ही होने इस बार इस पिंड तो लड़नी है मेनू सरपंच बनाओ ते मैं इथे सारे गरीबां नु मकान दे दांगा मैं सारे दे बिजली दे बिल माफ कर दांगा 1000 रुपए मीडिया दे खाते च पा दांगा तुसी कहोगे वाह भी जरा तौले च जाके देखिए जिथे 8 साल दी सरपंची करे उथे ओ फिर कप नहीं दित्ता इथे आके गल्ला ते केजरीवाल दा भी नहीं हैगा इथे आके जेड़े नारे ला रहा है 8 साल जिथे सरकार है की तुहानू पता है उथे किसे बुजुर्ग नु अज तक पेंशन दा दवानी नहीं दित्ती कोई शगन दी स्कीम नहीं आटा दाल किसे गरीब नु नहीं मिलदा ਮੋਟਰਾਂ ਦੇ ਪੂਰੇ 25-25 ਹਜ਼ਾਰ ਦੇ ਬਿੱਲ ਹਰ ਮਹੀਨੇ ਲੱਗਦੇ ਨੇ ਕੇਜਰੀਵਾਲ ਇਹਨਾਂ ਦੀ ਤਾਂ ਗੱਲ ਕਰਦਾ ਨੀ ਇਹ ਤਾਂ ਦੱਸਦਾ ਨੀ ਕੇਜਰੀਵਾਲ ਕਿ ਮੈਂ ਅਦਾਲਤ ਚ ਹਲਫਨਾਮਾ ਦਿੱਤਾ ਹੋਇਆ ਹੈ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਭੇਜੋ ਇਹ ਨਹੀਂ ਦੱਸਦਾ ਕਿ ਮੈਂ ਹਲਫਨਾਮਾ ਦਿੱਤਾ ਹੈ ਕਿ ਪੰਜਾਬ ਦੇ ਥਰਮਲ ਬੰਦ ਕਰੋ ਕਿਉਂਕਿ ਦਿੱਲੀ ਦੀ ਧੂਆ ਉਹ ਪੰਜਾਬ ਦੇ ਧੂਏ ਦੇ ਨਾਲ ਦਿੱਲੀ ਦੀ ਹਵਾ ਖਰਾਬ ਹੁੰਦੀ ਹੈ ਤੇ ਕਿਸਾਨਾਂ ਨੂੰ ਕਰੋੜਾਂ ਦੀ ਪਰਾਲੀ ਸਾੜਨ ਦਾ ਜੁਰਮਾਨਾ ਲਾ ਦਿਓ ਇਹ ਨਹੀਂ ਦੱਸਦਾ गरीब परिवार तो गरीबी देखी है किसे गरीब का किसे किसान का इना चार महीने च एक भी मसला कोई हल होया मसला का की हल होना है चन्नी साहब का वड्डा मसला खुद हल करके एक रिश्तेदार दे घरे रेड लगी गरीब कहन वाले अपने आप नो ते चन्नी साहब दे एक रिश्तेदार दे घर चो एक दिन छे 11 करोड़ रुपए सोना लखा दी घड़िया 56 करोड़ रुपए दे प्रॉपर्टी दे कागज जेड़े पहले नहीं होंदे सी 111 दिन च एक रिश्तेदार इन्ना कमा गया ते चन्नी दा पूरा टब्बर किन्ने कमा गया होगा मसले थाडे हल करन दे कहंदे सी लेकिन हल अपना कर गए ਤੁਹਾਡੇ ਲਈ ਇਸ਼ਤਿਹਾਰ ਗਰੀਬਾਂ ਨੂੰ ਦਿੱਤੇ 5-5 ਮਰਲੇ ਪਲਾਟ ਹੈਗਾ ਕੋਈ ਗਰੀਬ ਚੰਨੀ ਦਾ ਮਿਲਿਆ ਹੋਇਆ ਪਲਾਟ ਮਿਲਿਆ ਕਿਸੇ ਨੂੰ ਨਾ ਇਸ਼ਤਿਹਾਰ 36,000 ਮੁਲਾਜ਼ਮ ਪੱਕੇ ਕੀਤੇ ਕੋਈ ਜਾਨ ਪਛਾਣ ਚ ਵੀ ਹੈਗਾ ਨੀ ਪੱਕੇ ਕੀਤੇ ਮੈਂ ਤਾਂ ਰੋਜ਼ ਵੇਖੇ ਡੰਗਾਂ ਨਾਲ ਕਿਵੇਂ ਕੁੱਟ ਖਾਂਦੇ ਸੀ ਜਦ ਕੋਈ ਆਪਣੀ ਨੌਕਰੀ ਮੰਗਦਾ ਸੀ ਕਦੇ ਕਿਸਾਨਾਂ ਨੂੰ ਢੁੱਕਦਾ ਮੁਆਵਜ਼ਾ ਇੱਕ ਦਵਾਈ ਕਿਸੇ ਦੇ ਖਾਤੇ ਚ ਨਹੀਂ ਆਈ ਸੋ ਇਹ ਝੂਠੀ ਪਾਰਟੀਆਂ ਤੋਂ ਆਪਾਂ ਸਚੇਤ ਰਹੀ ਅੱਜ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਮੈਂ ਤਾਂ ਬੇਨਤੀ ਕਰਾਂਗੇ ਕਿ ਲੰਬੀ ਹਲਕੇ ਵਾਲੇ ਆਪਣੇ ਬਾਕੀ ਹਲਕੇ ਚ ਜਾ ਕੇ ਵੀ ਲੋਕਾਂ ਨੂੰ ਸੁਚੇਤ ਕਰੋ ਇਹ ਠੱਗਾ ਦਾ ਕੋਈ ਐਤਬਾਰ ਨਹੀਂ ਇਹ ਆਮ ਆਦਮੀ ਕਾਂਗਰਸ ਨੇ ਤਾਂ ਲੜਦੇ ਭਿੜਦੇ ਰਹਿਣਾ ਹੈ ਅਗੇ ਚੰਨੀ ਤੇ ਸਿੱਧੂ ਦੀ ਤੇ ਕਿੰਨੀਆਂ ਦੀ ਲੜਾਈ ਲੱਗੂ ਉਹਦੇ ਵਿੱਚ ਸਾਰੀ ਪੰਜਾਬ ਲੁੱਟਿਆ ਜਾਊਗਾ ਇਹਨਾਂ ਦੀ ਕੁਰਸੀਆਂ ਦੀ ਲੜਾਈ ਲੱਗੀ ਰਹੂਗੀ ਇਹ ਸੂਚਾ ਜੀ ਉਹ ਸ਼ਰਾਬ ਪਿਆ ਚਾਹੇ ਉਹਨੇ ਤਾਂ ਸਿਰਫ ਹਰ ਨੁੱਕੜ ਚ ਭਗਵੰਤ ਮਾਨ ਨੇ ਸ਼ਰਾਬ ਦਾ ਠੇਕਾ ਖੋਲਣਾ ਹੈਗਾ ਤੇ ਫਿਰ ਸਾਡੇ ਧੀਆਂ ਭੈਣਾਂ ਦਾ ਨਾਲ ਕੀ ਹੋਣਾ ਜੇ ਹਰ ਨੁੱਕਰ ਚ ਸਾਨੂੰ ਸ਼ਰਾਬੀ ਟੱਕਣਗੇ ਅਸਮੇਰ ਤੋਂ ਕਮਾਈ ਕਰਕੇ ਸ਼ਾਮ ਨੂੰ ਆ ਕੇ ਔਰਤਾਂ ਨੂੰ ਕੁੱਟਣਗੇ ਇਹਨਾਂ ਤੋਂ ਆਪਾਂ ਬਚੀਏ ਆਪਣੇ ਸਟਾਰ ਬਾਦਲ ਸਾਹਿਬ ਜਿਨ੍ਹਾਂ ਨੂੰ ਤੁਸੀਂ ਦੇਖਿਆ ਹੋਇਆ ਹੈ ਪਰਖਿਆ ਹੋਇਆ ਹੈ ਅੱਜ ਮੈਂ ਬੇਨਤੀ ਕਰ ਗਿਆ ਤਕੜੇ ਹੋ ਕੇ ਬਾਦਲ ਸਾਹਿਬ ਨੂੰ ਵੱਡੀ ਗਿਣਤੀ ਦੇ ਨਾਲ ਕਾਮਯਾਬੀ ਕਰਾਉਣ ਵਾਸਤੇ ਤੁਸੀਂ ਪ੍ਰਚਾਰ ਕਰੋ ਕਿਉਂਕਿ ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਸਭ ਤੋਂ ਪਹਿਲੇ ਬਾਦਲ ਸਾਹਿਬ ਦੀ ਸੋਚ ਸੀ ਕਿ ਕਿਸਾਨਾਂ ਦੇ ਮੋਟਰਾਂ ਦੇ ਬਿੱਲ ਮਾਫ਼ ਕਰੇ ਪੂਰੇ ਦੇਸ਼ ਤੇ ਅੱਜ ਤਾਈ ਕੋਈ ਸੂਬਾ ਨਹੀਂ ਦੂਜਾ ਜਿੱਥੇ ਕਿਸਾਨ ਦੇ ਮੋਟਰ ਦੇ ਬਿੱਲ ਮਾਫ਼ ਹੁੰਦੇ ਨੇ ਬਾਦਲ ਸਾਹਿਬ ਨੇ ਕੀਤੇ ਮੋਟਰ ਦੇ ਕਨੈਕਸ਼ਨ ਹੋਣ ਜਾਂ ਫਿਰ ਪੈਨਸ਼ਨ ਹੋਏ ਸ਼ਗਨ ਹੋਏ ਆਟਾ ਦਾਲ
सब कुछ बादल साहब ने देन आज तक कोई और सरकार नहीं जिन्हें दी। अज जो श्रोमणी अकाली दल से बीएसपी के उम्मीदवार मुख्यमंत्री सुखबीर जी जेरे थोड़े अपने बच्चे ने जे वो कहते ने कि बादल साहब जिन्हे लोड़मंदा की मदद कर रहे थे अज मैं पंजाब की तरक्की नहीं करांगा तरक्की दे नाल नाल मैं सहूलता देके लोगों का बोझ घटावांगा। आज महंगाई की मार दे नाल गरीब का की हाल हो रहा है। 1000 रुपए का तो सिलेंडर हो गया। तेल की कीमत देखो, दाल की देखो, सब्जी की, फल की, स्कूल की फीसा दी, दवाइया दी, हर पक्षो अज गरीब मजबूर है। कोरोना की महामारी किसानी अंदोलन से जरा पंजाब का नुकसान होया कि सरकार ने साड़ी बांह फड़ी, कांग्रेस ने बांह फड़ी, केजरीवाल जब दिल्ली के ब्रुए च जाके सारे किसान बैठे सी की मदद की थी किसानों ने, बल्कि जब भाजपा की सरकार ने साडे नौजवानों नु झूठे केसा च फसा के केजरीवाल ने जेलां च सिटवा एक दी जमानत नहीं की थी। सारी दिल्ली कमेटी ने आके श्रोमणी अकाली दल ने अपने बच्चों की कराई। सो ए जेडे सुखबीर जी कहते ने कि जे तुसी साडी अपनी सरकार बनाई फिर थोड़ा बोझ घटाने वास्ते जिथे जिन्ने नीले कार्ड कटे गए ने या जे कोई गरीब रह गया हरेक का बनाया जाऊगा, फिर हर परिवार की मुखी औरत के खाते में हर महीने 2000 रुपए पार्टी सरकार 24000 रुपए साल दे भैरां दे धीआं दे इन्हां दे खाते में जाएंगे। फिर थोड़ा बोझ घटूगा कि नहीं जब थोड़े हाथ से अपने दो पैसे होंगे। आज किसानों के फसल वास्ते 50000 रुपए प्रति एकड़ बीमा हर किसान से हर फसल का, कोई कुदरती आपदा आ जाए कोई नुकसान हो जाए सरकार दे मगर मगर आ थले बोर्ड पढ़ने नहीं मिलेंगे, बीमा कंपनी तो सीधे थोड़े खाते में पैसे जाके सारा ब्याज सरकार चुकूगी, थोड़े को मुआवजा आया करूंगा। बच्चों की पढ़ाई वास्ते 10 लाख का ही थोड़े बच्चे इन्हों का स्टूडेंट कार्ड मिलवा, बच्चे लिख जान भावे इथे पढ़न सरकारी चे प्राइवेट चे, वो जिहड़ी फीसा नहीं थोड़ी उत्ते बोझ पैंदा है वो सारा बोझ हम सरकार चकूगी, थोनू कोई फिक्र करने की लोड़ नहीं, थोड़े बच्चे पढ़ लिख जान। पढ़न लिखन के बाद जेडे अपने पैरां चे खड़ा होना चाहते ने 5 लाख रुपए सरकार वालों किसी बच्चे या बच्ची नू अपना कामकाज अगे ले जान वास्ते बिना ब्याज का 5 लाख, इस तो इलावा 1 लाख सरकारी भर्तियां 10 लाख गैर सरकारी भर्तियां एक कानून पंजाब से लाया जाऊगा कि जिन्हें भी प्राइवेट या सरकारी जो भी कारखाने है पंजाब के सारे लाजमी 75% बच्चे पंजाब में ही रखने पैणगे। लेकिन मैं थोड़े बच्चे बेरोजगार क्यों फिरेंगे जब सारे के एक कानून आजूगा कि इन्हों पंजाब के बच्चे रखने लाजमी है। सो हर पखों इन्हों बच्चों की पढ़ाई इन्हों की नौकरी या फिर अपने पैरों से खड़ के अपना कामकाज कर, अलावा अपनी सेहत सुविधा वास्ते 10 लाख का सेहत का कार्ड बनाया जाऊगा, सरकार सारा ब्याज भरूगी, तुसी 10 लाख ताई प्राइवेट तो सरकारी तो पंजाब तो पंजाब तो बाहर जिथे मर्जी तुसी अपना इलाज करा लो, परिवार का ध्यान तुसी रखो सेहत का, पैसे सरकार वालों दिते जाऊंगे। सो कई चीजा हो जेडी है गरीबा नो 5 लाख गरीबा नो मकान जिन्हें कहा कि बादल साहब ने इतने बना के दितिया जेडे रह गए वो होर बन जाए। सो साडे कहना बाकी जो कहा वो करके दिखाया। आज थानू इनी बेनती कर दी कि वड्डी गिनती नाल बादल साहब नो तुसी कामयाब करो क्योंकि ये सारी सहूलतां दा जे तुसी ला लेना है थानू पता ही है सब तो पहले लंबी हल्के च क्योंकि बादल साहब नो तो ना कोई मंत्री मोड़ सकता है ना कोई अफसर मोड़ सकता है तो मुख्यमंत्री सुखबीर जी ने की मोड़ना है। सो जिन्हें करके जिस तरह थोड़े काम होते रहे 5 साल च मैं पूरे लंबी हल्के च किसी पिंड च मैं पूछ रहा एक काम मैनू करा दो इन्नी वड्डी इन्हां दी 80 बंदियां दी सरकार बनी सी लेकिन ना मुख्यमंत्री जेड़ा कैप्टन जित के गया सी इथों मुड़ के लाए नहीं मुड़ के देखिया केजरीवाल ने 5 साल शकल नहीं दिखाई 20 बंदे उहदे जताते 5 साल शकल नहीं दिखाई फिर फेर इत्थे उठ के आ गया है। लेकिन श्रोमणी अकाली दल पार्टी अपनी इन्हां दी तरह नहीं इथों दा नहीं लग्या तां फिर लोकां नूं भुल जाओ क्योंकि 5 साल बाद असीं तां केवल तुहाडे कोल ही आना है इन्हां दी तरह ते नहीं कि हुण केजरीवाल गोवा चले गया उत्तराखंड चले गया या कांग्रेस राजस्थान चली गई हरियाणा चली गई आपां तां मुड़ के लोकां दे विच ही आना है। मैं आस करदी हां कि लंबी हल्के दे लोकां ने बहुत वड्डा साथ बहुत वड्डा आशीर्वाद मेरे वर्गे निमानी नूं भी कीता तो किथे तां तुसीं पहुंचाता साडा तां सिर्फ इक्को ही निशाना है कि तुहाडा आशीर्वाद मिले सेवा करन दा मौका मिले ते डट के जेड़े 5 साल से काम रुक गए ने इन्हां नूं होर अगे लैके जाइए थोड़ी तकलीफां नूं दूर करिए। आ बच्चे जेड़े बेरोजगार फिरदे ने पंजाब दे बच्चे मापिया दी जमीना बेच बेच के विदेशां ना भजन लेकिन साडे बच्चे इत्थे पंजाब विच काम करके पंजाब दी तरक्की विच अपना योगदान पाए।
ਆਹੀ ਸਾਡੇ ਸਾਰਿਆਂ ਦਾ ਸੁਪਨਾ ਹੈ। ਮੈਂ ਆਸ ਕਰਦੀ ਹਾਂ ਵੱਧ ਚੜ ਕੇ ਪਹਿਲੇ ਤੋਂ ਵੀ ਵੱਡੀ ਗਿਣਤੀ ਦੇ ਨਾਲ ਸਰ ਬਾਦਲ ਨੇ ਸਾਰੀ ਉਮਰ ਸੂਬੇ ਦੀ ਸੇਵਾ ਇਲਾਕੇ ਦੀ ਸੇਵਾ ਕੀਤੀ। ਅੱਜ ਮੈਂ ਹੱਥ ਬੰਨ ਕੇ ਇੰਨੀ ਬੇਨਤੀ ਕਰਦੀ ਹਾਂ ਕਿ ਇਸ ਉਮਰ ਚ ਜਦੋਂ ਤੁਹਾਡੇ ਕੋਲ ਤੁਹਾਡੀ ਸੇਵਾ ਮੰਗਣ ਵਾਸਤੇ ਆਏ ਨੇ ਤੁਸੀਂ ਪਹਿਲੇ ਤੋਂ ਵੀ ਵੱਡੀ ਗਿਣਤੀ ਦੇ ਨਾਲ ਉਹਨਾਂ ਨੂੰ ਕਾਮਯਾਬ ਕਰੋਗੇ ਤੇ ਮੈਂ ਵਿਸ਼ਵਾਸ ਦਿਲਾਉਂਦੀ ਹਾਂ ਕਿ ਸਾਡਾ ਸਾਰਾ ਪਰਿਵਾਰ ਇਸ ਇਲਾਕੇ ਦੀ ਜਿਸ ਦੀ ਵੀ ਕੋਈ ਵੀ ਤਕਲੀਫ ਹੋਏ ਕੋਈ ਵਿਕਾਸ ਦਾ ਕੰਮ ਹੋਏ ਪਹਿਲੀ ਤੌਰ ਤੇ ਤੁਹਾਡੀ ਸੁਣਵਾਈ ਹੋਊਗੀ। ਸਾਡੇ ਬਜ਼ੁਰਗ ਇੱਥੇ ਬੈਠੇ ਹੋਏ ਨੇ ਉਹਨਾਂ ਨੇ ਕੁਛ ਕਹਿੰਦੇ ਜ਼ਰੂਰ ਮਾਈਕ ਚੱਕੋ ਬੇਫਿਕਰ ਹੋ ਜੀ ਬਾਬਾ ਜੀ ਇਹਦਾ ਬੜੀ ਛੋਟੀਆਂ ਚੀਜ਼ਾਂ ਹੈਗੀਆਂ ਕੋਈ ਗੱਲ ਨਹੀਂ ਮੁਕਾਬਲਾ ਕਰ ਰਿਹਾ ਸਾਡੇ ਕੋਲ ਨਾ ਹੀ ਕੇਜਰੀਵਾਲ ਦੀ ਤਰ੍ਹਾਂ 800 ਕਰੋੜ ਪ੍ਰਚਾਰ ਵਾਸਤੇ ਜਿੱਥੇ ਹਰ ਦਿਲ ਸਾਨੂੰ ਮੋਬਾਈਲ ਚ ਮੈਸੇਜ ਆਏ ਹਰ ਟੀਵੀ ਚੈਨਲ ਚ ਨਾ ਹੀ ਸਾਡੇ ਕੋਲ ਚੰਨੀ ਵਰਗੇ ਖਜ਼ਾਨਾ ਹੈਗਾ ਤੇ ਨਾ ਹੀ ਮੋਦੀ ਵਰਗਾ ਖਜ਼ਾਨਾ ਹੈਗਾ। ਸਾਡੇ ਕੋਲ ਖਜ਼ਾਨਾ ਹੈਗਾ ਲੋਕਾਂ ਦੇ ਦਿਲ ਦਾ ਪਿਆਰ ਕੀਤੇ ਹੋਏ ਕੰਮ ਤੇ ਤੁਹਾਡਾ ਆਸ਼ੀਰਵਾਦ। ਆਸ ਕਰਦੀ ਹਾਂ ਕਿ ਤੁਸੀਂ ਇਸ ਖਜ਼ਾਨੇ ਨੂੰ ਆਪਣੀ ਪਾਰਟੀ ਨੂੰ ਖੇਤਰੀ ਪਾਰਟੀ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਹੈਗਾ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਖਤਮ ਕਰ ਦੋਗੇ ਕਮਜ਼ੋਰ ਕਰ ਦੋਗੇ ਫਿਰ ਪੰਜਾਬ ਵਾਸਤੇ ਲੜਨ ਵਾਸਤੇ ਸਾਡੀ ਫੌਜ ਕਮਜ਼ੋਰ ਹੋ ਜੂਗੀ। ਮੈਨੂੰ ਆਸ ਤੇ ਵਿਸ਼ਵਾਸ ਹੈ ਸਾਰੇ ਪੰਜਾਬ ਚ ਜਿਸ ਤਰ੍ਹਾਂ ਦਾ ਮਾਹੌਲ ਹੈ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੀ ਸਰਕਾਰ ਹਰ ਹਾਲਤ ਚ ਬਣ ਰਹੀ ਹੈ ਤੇ ਮੈਂ ਚਾਹੁੰਦੀ ਹਾਂ ਕਿ ਲੰਮੀ ਹਲਕੇ ਤੋਂ ਸਭ ਤੋਂ ਵੱਡੀ ਲੀਡ ਦੇ ਨਾਲ ਜਿਹੜੇ ਸਭ ਤੋਂ ਵੱਡੇ ਸਿਆਸਤਦਾਨ ਅੱਜ ਸਿੱਖ ਕੌਮ ਨੂੰ ਨੁਮਾਇੰਦਗੀ ਦਿੰਦੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਸ ਇਲਾਕੇ ਤੋਂ ਲੜ ਰਹੇ ਨੇ ਉਸ ਇਲਾਕੇ ਦੇ ਲੋਕੀ ਵੱਧ ਚੜ ਕੇ ਇਤਿਹਾਸਿਕ ਬਾਦਲ ਸਾਹਿਬ ਨੂੰ ਦੇ ਕੇ ਆਪਣਾ ਨਾਮ ਉਹਨਾਂ ਦਾ ਨਾਮ ਵੀ ਸੁਣਿਆ।